ਇਹ ਤਸਵੀਰਾਂ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੀਆਂ ਨੇ, ਜਿੱਥੇ ਕਿ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸ ਦਈਏ ਕਿ ਹਾਦਸਾ ਸੁਜਾਨਪੁਰ ਦੇ ਪਿੰਡ ਘੋਹ ਦੇ ਕੋਲ ਸਕੂਟੀ ਅਤੇ ਮੋਟਰਸਾਈਕਲ ਵਿਚਕਾਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9 ਵਜੇ ਦੇ ਕਰੀਬ ਇੱਕ ਸਕੂਟੀ ਸਵਾਰ ਵਿਅਕਤੀ ਰਮੇਸ਼ ਲਾਲ ਆਪਣੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ 'ਚ ਰੋਡ ਕ੍ਰੋਸ ਕਰਨ ਲੱਗਾ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਅਤੇ ਸਕੂਟੀ ਸਵਾਰ ਦੋਨੇ ਕਾਫ਼ੀ ਦੂਰ ਤੱਕ ਘਸੀਟਦੇ ਰਹੇ। ਉਧਰ ਸਿਵਲ ਹਸਪਤਾਲ ਦੇ ਡਾਕਟਰ ਮੁਕਲ ਨੇ ਦੱਸਿਆ ਕਿ ਇਸ ਐਕਸੀਡੈਂਟ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੈ, ਜਿਸ ਦਾ ਇਲਾਜ ਜਾਰੀ ਹੈ। ਛੱਡੀ ਐਕਸੀਡੈਂਟ ਹੋਇਆ, ਉੱਥੇ ਦੋ ਪੇਸ਼ੈਂਟ ਐਕਟੀਵਾ ਦੇ ਮੋਟਰਸਾਈਕਲ ਦੇ ਵਿੱਚ, ਜਿਹੜਾ ਵਾ ਐਕਟੀਵਾ ਸਵਾਰ ਸੀ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਹੈ। ਬਾਕੀ ਮੋਟਰਸਾਈਕਲ 'ਤੇ ਜੋ ਮੁੰਡਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਖਤਰੇ ਤੋਂ ਬਾਹਰ। ਸਰ ਇਹਦੇ ਵੀ ਲੱਗੀ, ਜਿਹੜਾ ਮੋਟਰਸਾਈਕਲ ਵਾਲਾ ਉਹਦੇ ਵੀ ਲੱਗੀ ਹੈਗੀ ਸਰ? ਹਾਂਜੀ, ਉਹਦੇ ਵੀ ਲੱਗੀਆਂ, ਮੂੰਹ ਮਾਂ 'ਤੇ ਲੱਗੀਆਂ ਹੋਈਆਂ। ਬਾਕੀ ਉਹਦਾ ਟ੍ਰੀਟਮੈਂਟ ਆਪਾਂ ਇੱਥੇ ਕਰ ਰਹੇ ਹਾਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਵੇਰਾ ਟਾਈਮਸ ਲਈ ਸੁਜਾਨਪੁਰ ਤੋਂ ਗੁਰਪ੍ਰੀਤ ਮਹਿਤਾ ਦੀ ਰਿਪੋਰਟ। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।